ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਵੱਲੋਂ ਮਾਈ ਬੰਨੋ ਨੂੰ ਸਮਰਪਿਤ ਸਰਦਾਰ ਸੁਰਿੰਦਰ ਸਿੰਘ ਤੇ ਅਵਤਾਰ ਤਾਰੀ ਯਾਦਗਾਰ ਸੱਭਿਆਚਾਰਕ ਮੇਲਾ, ਪੰਜਾਬੀ ਹੁਲਾਰੇ ਅਤੇ ਸਰਦਾਰ ਬਲਦੇਵ ਸਿੰਘ ਬੂਹਾ ਯਾਦਗਾਰੀ ਖੂਨਦਾਨ ਕੈਂਪ ਡਾਕਟਰ ਅਮਰੀਕ ਸਿੰਘ ਸੇਖੋਂ ਮੋਹਾਲੀ ਨੂੰ ਸਮਰਪਿਤ 12 ਮਾਰਚ 2023 ਸਵੇਰੇ 10 ਵਜੇ ਤੋਂ ਦੇਰ ਰਾਤ ਤੱਕ ਨੇੜੇ ਗਿਆਨ ਸਾਗਰ ਮੈਡੀਕਲ ਕਾਲਜ ਬੱਸ ਸਟੈਂਡ ਜਾਂਸਲਾ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਉੱਘੇ ਗਾਇਕ ਕਲਾਕਾਰ ਅਮਨ ਰੋਜੀ ਅਤੇ ਰਣਜੀਤ ਬਾਵਾ ਵੀ ਪਹੁੰਚੇ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਗਾਇਕ ਕਲਾਕਾਰਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਆਏ ਹੋਏ ਲੋਕਾਂ ਦਾ ਮਨੋਰੰਜਨ ਕੀਤਾ। ਇਸ ਕੈਂਪ ਦਾ ਉਦਘਾਟਨ ਕਰਨ ਲਈ ਇਲਾਕੇ ਦੇ ਮਹਾਨ ਧਾਰਮਿਕ ਸੰਤ ਬਾਬਾ ਦਿਲਬਾਗ ਸਿੰਘ ਬਾਗਾ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਅਤੇ ਇਲਾਕੇ ਦੇ ਉੱਘੇ ਸਮਾਜ ਸੇਵੀ SM ਸੰਧੂ ਵੀ ਪਹੁੰਚੇ। ਇਸ ਖੂਨਦਾਨ ਕੈਂਪ ਦੌਰਾਨ ਚੰਡੀਗੜ੍ਹ ਦੇ 16 ਸੈਕਟਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਪਹੁੰਚੀ। ਉਹਨਾਂ ਨੇ ਇੱਥੇ ਪਹੁੰਚ ਕੇ 55 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ। ਕੈਂਪ ਦੌਰਾਨ ਪਹੁੰਚੇ ਖੂਨਦਾਨੀਆਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਦਿਲਬਾਗ ਸਿੰਘ ਜੀ ਬਾਗਾ ਅਤੇ SMS ਸੰਧੂ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਇਸ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ, ਇਸ ਨਾਲ ਲੋੜਵੰਦ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਰਜਿੰਦਰ ਸਿੰਘ ਥੋਹਾ, ਪ੍ਰਧਾਨ ਪੰਜਾਬੀ ਲੋਕ ਕਲਾ ਮੰਚ ਰਾਜਪੁਰਾ, ਭਗਵੰਤ ਸਿੰਘ, ਬੂਟਾ ਸਿੰਘ ਵਾਲਾ, ਜਸਵਿੰਦਰ ਸਿੰਘ ਜੱਸੀ, ਗਗਨਪ੍ਰੀਤ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਹੈਪੀ, ਨਿਰਭੈ ਸਿੰਘ ਸੰਧੂ ਅਤੇ ਹੋਰ ਵੀ ਕਈ ਅਹੁਦੇਦਾਰ ਹਾਜ਼ਰ ਸਨ। ਇਹਨਾਂ ਸਭ ਨੇ ਖੂਨਦਾਨੀਆਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ। ਜੀ ਸਹਾਇ ਦਸ਼ਮੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਭ ਥਾਈ ਹੋਏ ਜੀ ਸਹਾਏ ਦਸ਼ਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ, ਲੋਹਾਈਆਂ ਚਰਖੜੀਆਂ ਅਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸੁਆਸਾ ਸੰਗ ਨਿਭਾਹੀ, ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰ ਜਹਾਂ ਜਹਾਂ ਖਾਲਸਾ ਗੁਰੂ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਸਿੰਘ ਮਹਿਲ ਪੰਥੀ ਜੀਤ, ਸ੍ਰੀ ਸਨਾ ਸਿਰਦਾਨ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਅਰਦਾਸ ਬੇਨਤੀ ਜੋਧੜੀ ਹੈ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਮਹਾਂਵਾਕਾਂ ਦੇ ਅਨੁਸਾਰ ਜਿਸ ਕਾ ਕਾਰਜ ਤਿੰਨੀ ਹੀ ਕੀਆ, ਮਾਣਸ ਕਿਆ ਵਿਚਾਰਾ, ਰਾਮ ਸੱਚੇ ਪਾਤਸ਼ਾਹ ਜੀਓ। ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਦੇ ਵੱਲੋਂ ਖੂਨਦਾਨ ਕੈਂਪ ਸਰਦਾਰ ਬਲਦੇਵ ਸਿੰਘ ਥੋਹਾ ਦੀ ਯਾਦ ਦੇ ਵਿੱਚ ਅਤੇ ਪੰਜਾਬੀ ਉਲਾਰੇ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਸਵਰਗਵਾਸੀ ਸਰਦਾਰ ਸੁਰਿੰਦਰ ਸਿੰਘ ਅਤੇ ਪੰਜਾਬੀ ਲੋਕ ਗਾਇਕ ਅਵਤਾਰ ਸਿੰਘ ਤਾਰੀ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਜੀਓ। ਇਸ ਵੇਲੇ ਸਭ ਤਿਆਰੀ ਕੀਤੀ ਗਈ ਹੈ ਮਹਾਰਾਜ, ਤਿਆਰੀ ਕਰਦਿਆਂ ਕੋਈ ਘਾਟ ਰਹਿ ਗਈ ਹੋਵੇ ਆਪਣੇ ਖਜ਼ਾਨਿਆਂ ਵਿੱਚੋਂ ਪੂਰੀ ਕਰ ਲੈਣੀ ਸੱਚੇ ਪਾਤਸ਼ਾਹ ਜੀਓ। ਕਿਰਪਾ ਕਰਨੀ ਆਪਣੇ ਸੇਵਕਾਂ ਦੇ ਸੇਵਾਦਾਰਾਂ ਦੇ ਸਿਰ ਉੱਤੇ ਮਿਹਰਾ ਭਰਿਆ ਹੱਥ ਰੱਖ ਕੇ ਅੰਗ ਸੰਗ ਸਹਾਈ ਰਹਿਣਾ ਦਤਾਰ ਜੀਓ। ਆਪਣੇ ਦਰ ਘਰ ਦੀਆਂ ਸੇਵਾਵਾਂ ਦੇ ਨਾਲ ਜੋੜ ਕੇ ਰੱਖਣਾ, ਆਪਣੇ ਦਰ ਘਰ ਦਾ ਸੇਵਕ ਪ੍ਰੇਮੀ ਬਣਾ ਕੇ ਰੱਖਣਾ ਮਹਾਰਾਜ। ਇਸ ਸਮੇਂ ਸਭ ਤਿਆਰੀ ਕੀਤੀ ਗਈ ਹੈ, ਆਪ ਜੀ ਕਾਰਜ ਆਰੰਭਣ ਦੀ ਆਗਿਆ ਬਖਸ਼ੋ। ਸਾਰੇ ਨਗਰ ਨਿਵਾਸੀਆਂ ਦੇ ਸਿਰ ਉੱਤੇ ਮਿਹਰਾ ਭਰਿਆ ਹਦਾਇਤਾਂ ਕਰਨੀ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਮਿੱਠਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਕਰੋ। ਦਰ ਪ੍ਰਵਾਨਿਆਂ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਸੋ ਆਪ ਜੀ ਦਾ ਨਾਮ ਜਪੇ। ਕਮੇਟੀ ਮੈਂਬਰਾਂ ਦੇ ਸਿਰ ਉੱਤੇ ਮਿਹਰਾ ਭਰਿਆ ਹੱਥ ਰੱਖ ਕੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਅਤੇ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਕਰੋ ਕਿਰਪਾ ਜੀ। ਕਿਰਪਾ ਕਰਨੀ ਮਹਾਰਾਜ, ਡਾਕਟਰ ਸਾਹਿਬਾਨ ਦੇ ਸਿਰ ਉੱਤੇ ਮਿਹਰਾ ਭਰਿਆ ਹੱਥ ਰੱਖ ਕੇ ਅੰਗ ਸੰਗ ਸਹਾਈ ਰਹਿਣਾ, ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣਾ,
करो कृपा जी बख्शो आ गया सही प्यारे मेल जिन्हें मिले आप जी का नाम चित आवे नानक नाम चढ़ती कला तेरे पाणी सरबत दत्त। वाहिगुरु जी का खालसा वाहिगुरु जी की फतेह। बोले सो निहाल सत श्री अकाल। वाहिगुरु जी का खालसा वाहिगुरु जी की फतेह। हाथ थले रखते बोली जाने बोलने शरारत अठवीं दसवीं ग्यारहवीं बारहवीं चौदहवीं साहब सेंटर जाओ दान करना। हाँ जी बाबा जी आओ गुरुदेव आज 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 वाहिगुरु जी का करिए शुरू करिए आयो गुरु साहब मेरी हाजरी तो बाबा जी लगा देंगे हाथ हाथ इजाजत कैमरामैन अमित सोनू जासवादी रिपोर्ट पंजाब। खूनदान काम जोड़ा है एक बड़ा बड़ा उपराला है सोसाइटी के योगदान वास्ते और मैं उसमें जी वी गल होर करनी चाहना है कि खूनदान कैंप जोड़ा हर साल वाग जरा पंजाब कला मंच है जिन्ह के करता धरता अपने नाल ने खड़े सारे अपना कठुआ साहब ने कुलदीप कुलवंत ने कालो मानवत ने एक समर्पित होंदा सब मेरा बड़ा वीर बलदेव सिंह ऐसी एक रफ्तार तारी भी ने जेड़े जिन्होंने याद करते हैं हमेशा गायक सन और जिहड़ा सभ्याचारक मेला शाम नूं हुंदा है अपने इलाके दे विच डेरा बसी तो लैके तो सारा ही तुहाडा राजपुरा क्योंकि मैं हर साल इत्थे आउना है ये जिहड़ा इन्हां दा मंच है जिहड़ा सभ्याचारक मेला कराउंदे ने ते खूनदान कैंप कराउंदे ने इस पद्धर दा खूनदान कैंप और जिहड़ा सभ्याचारक मेला मैं तो वजाइता ही नहीं आफरीन इन्हां दे अपने याद करते ने सारे हम जिदा इन्होंने सुरेंद्र सिंह होरी चीफ एडिटर ट्रिब्यून सन पंजाबी वो इन्होंने अटैच सन बड़ी सरप्रस्त सी मेरे ख्याल सरप्रस्त सी उन्होंने चले जाने करके शाम का जो समर्पण उन्होंने बहुत बड़ा योगदान है थोड़ा साहब थोड़ा और इलाका थोड़ा नहीं है और मैं थानू बहुत अपने दिल की गहराई चो थानू मुबारकबाद देना कि खूनदान वर्गा जोड़ा सच्चा सुथरा उपराला है ये तुसी हर साल करते हैं और मेरा मनोकामना ये मेरा मन ही कहता कि तुसी हमेशा मंग रहोगे असी थोड़े नाल जिथे तुसी खिलाते हो मैं नहीं साहब नौजवानों को संदेश देना चाहते हो हाँ जी नौजवानों को संदेश देना चाहते हैं बेटा गल
नौजवानों तो एक ही संदेश है, पहला तो आप नशे की गल हर स्टेज तो करते हैं भी नशा जिहड़ा पंजाब नूं लै डुब्या है और हमेशा जिहड़े अपने किसी भी इलाके की पिंड की पंजाब की या देश की जिहड़ी आ ओह तरक्की जिहड़ी आने वाले समय के नौजवानों के हाथ नौजवानों नूं नशा छड्डना चाहिए। मेरे वीर बहुत कम खराब हो रहा पंजाब का। और मैं एक होर गल संदेशा जे संदेश आ मैं हमेशा गल कहना कि सारे बड़े सूझवान ने आप सारे पिंडां नूं बिलोंग करते हैं मापियां नूं एक होर गल वास्ते वचनबद्ध होना पेगा कि वो अपने बच्चों नूं पढ़ाउण वास्ते उपराला कर। ये बड़ी जरूरी गल है, जे आप पढ़े लिखे होवांगे तो आपां कोई रुजगार मिलेगा आप नौकरी कर सकांगे। जिहड़ा आपां ना जी वो भेट चाल वाली गल बन गई भी फट अपना किला बेच के आपां वलैत तुरे जांदे आ। वलैत जाके भी जे तुसीं पढ़दे हो तो थोड़ा मुल पैंदा है। देखो किन्नियां मौतां हो रही ने, फ्रस्ट्रेशन आ बहुत वड्डी उत्थे। इस करके मेरा एक ही संदेश है नौजवानों और माँ प्यो और जिन्हें भी आप सारे इकट्ठे हैं कि अपने बच्चों पढ़ाने वास्ते पुरजोर आप कदम चुकने चाहिए। प्रधान जी दो शब्द कह दो खूनदान कैंप सरदार दलदीप सिंह उन्होंने याद के हर साल असं हिला रहे हैं। तो जोड़ा मेला हैगा वो हर साल लगता तो है पर इस बार विशेष सरदार सुरिंदर सिंह डी चीफ एडिटर जोड़े साढ़े पंजाबी ट्रिब्यून के से उन्होंने तो पंजाबी लोग गायक तारी की याद के करवाया जा रहा है। तो ये हर तरह का मैं सब तो पहला तो संधु साहब का असं थैंक्स करा कि जिन्होंने अपना कीमती समा कट के साडे खूनदान कैंप के आके उद्घाटन किया। तो ही मतलब डोनर डॉक्टर साहब की टीम जी सैक्टर 16 तो आई हुई है तो उन्हों का भी असं धन्यवाद करते हैं। बाकी जिन्हें भी इलाका निवासी ने जैसा उन्हों का भी बहुत बहुत धन्यवाद। नौजवानों तो ही संदेश है जी नशे को छड़ के चंगे कामों वाले पासे तुरो अपने माँ प्यो का जो है नाम रोशन करो पढ़ाई करो जिवें संधु साहब ने कहा भी हाँ पढ़ लिख के इतने भी आप रुजगार इतने वधिया ले सकते हैं बाहर भजन की जरूरत नहीं हैगी विदेशों से जाने की जरूरत नहीं हैगी जी चंगी पढ़ाई करोगे जिते भी रुजगार है इतने भी काम है। सर जी कितने साल हो गए लगातार कैंप लगाते हैं? सर साडा इस बार 27वां सभ्याचारक मेला